ਆਪਣਾ ਪੰਜਾਬ ਪਾਰਟੀ ਵੱਲੋਂ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਪ੍ਰੈਸ ਦਾ, ਜਿੱਥੇ ਸਾਡੇ ਜੀ ਐਸ ਕਲੇਰ ਸਾਹਿਬ ਕੈਂਡੀਡੇਟ ਆ ਹਲਕਾ ਨਕੋਦਰ ਤੋਂ, ਔਰ ਇਹ ਜਨਰਲ ਸੀਟ ਆ, ਲੇਕਿਨ ਅਸੀਂ ਜਿਹੜਾ ਸੀਟ ਦੇਣ ਦਾ ਕਾਰਨ ਇੱਕੋ ਹੀ ਸੀ ਕਿ ਸਾਡੀ ਪਾਰਟੀ ਦੇ ਵਿੱਚ ਕੈਂਡੀਡੇਟ ਦੀ ਕਾਬਲੀਅਤ ਔਰ ਉੱਥੋਂ ਦੇ ਲੋਕਾਂ ਦੀ ਆਵਾਜ਼ ਦੇਖੀ ਜਾਂਦੀ, ਅਸੀਂ ਇਸ ਕਰਕੇ ਜਨਰਲ ਸੀਟ ਦੇ ਉੱਤੇ ਰਿਜ਼ਰਵ ਕੈਂਡੀਡੇਟ ਜਿਹੜੇ ਆ, ਜਿਹੜੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਬਾਕੀ ਪਾਰਟੀਆਂ ਕਰਦੀਆਂ, ਪਰ ਅਸੀਂ ਇਸ ਪਹਿਲ ਦੇ ਆਧਾਰ 'ਤੇ ਦੇਖਿਆ ਕਿ ਇਸ ਇਲਾਕੇ ਦੀ ਆਵਾਜ਼ ਆ, ਕਿ ਕਲੇਰ ਇੱਕ ਬਹੁਤ ਵਧੀਆ ਇਨਸਾਨ ਆ, ਇਸ ਕਰਕੇ ਲੋਕਾਂ ਵਿੱਚ ਇਹਦਾ ਨਾਂ ਵੀ ਪੂਰਾ ਸੀ, ਇਮਾਨਦਾਰੀ ਵੀ ਸੀ, ਲੋਕਾਂ ਦੀ ਸੇਵਾ ਵੀ ਕਰਦਾ ਰਿਹਾ, ਸਪੋਰਟਸ ਕਲੱਬ ਨਾਲ ਜੁੜਿਆ ਹੋਇਆ, ਇਸ ਕਰਕੇ ਅਸੀਂ ਇਹਨੂੰ ਕੈਂਡੀਡੇਟ ਉਤਾਰਿਆ। ਸੋ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਸਾਡੇ ਪਾਰਟੀ ਦੇ ਪ੍ਰਧਾਨ ਆ, ਅਤੇ ਉਹਨਾਂ ਵੱਲੋਂ ਵੀ ਕਲੇਰ ਸਾਹਿਬ ਨੂੰ ਕਿਹਾ ਗਿਆ ਕਿ ਘਰ ਘਰ ਜਾ ਕੇ ਤੁਸੀਂ ਆਪਣਾ ਪੰਜਾਬ ਪਾਰਟੀ ਦੀ ਜਿਹੜੀ ਆਵਾਜ਼ ਆ ਉਹ ਘਰ ਘਰ ਤੱਕ ਪਹੁੰਚਾਈ ਜਾਵੇ, ਕਿਉਂਕਿ ਸਾਡਾ ਮੇਨ ਜਿਹੜਾ ਏਜੰਡਾ ਹੈ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਕਰਨਾ, ਔਰ ਐਜੂਕੇਸ਼ਨ ਦੇ ਉੱਤੇ ਸਭ ਤੋਂ ਜਿਹੜਾ ਸਾਡਾ ਜ਼ੋਰ ਰਹੇਗਾ ਉਹ ਬੇਰੁਜ਼ਗਾਰੀ ਅਤੇ ਐਜੂਕੇਸ਼ਨ, ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਕੋਈ ਸਟੇਟ ਕੋਈ ਮੁਲਕ ਤਰੱਕੀ ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਹਲਕਾ ਨਕੋਦਰ ਦੇ ਜਿੰਨੇ ਵੀ ਸਾਡੇ ਪ੍ਰੈਸ ਵਾਲੇ ਵੀਰ ਆ, ਹਲਕਾ ਨਕੋਦਰ ਦੇ ਜਿੰਨੇ ਵੀ ਸਾਡੇ ਵੋਟਰ ਸਾਹਿਬਾਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਖਦਾ ਜਿਨ੍ਹਾਂ ਨੇ ਇਸ ਪਾਰਟੀ ਨੂੰ, ਆਪਣਾ ਪੰਜਾਬ ਪਾਰਟੀ ਨੂੰ ਇਹ ਤਾਂ ਦੱਸਿਆ ਸੀ ਕਿ ਸਾਡੇ ਇਸ ਨਕੋਦਰ ਹਲਕੇ ਵਿੱਚ ਜੋ ਕਿ ਸਪੋਰਟਸ ਨੂੰ ਇਹ ਉੱਚੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਾਲਾ, ਬੱਚਿਆਂ ਨੂੰ ਵਧੀਆ ਪਾਸੇ ਲਾਉਣ ਵਾਲਾ ਅਤੇ ਇੱਕ ਇਮਾਨਦਾਰ ਬੰਦਾ ਜੀ ਐਸ ਕਲੇਰ, ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੋਈ ਸੁਣ ਕੇ ਜਦੋਂ ਛੋਟੇਪੁਰ ਸਾਹਿਬ ਨੇ ਇਹ ਸਰਵਾ ਕਰਾਇਆ ਵੀ ਕਲੇਰ ਜੀ ਤੁਹਾਡਾ ਨਾਮ ਬਹੁਤ ਵਧੀਆ ਇਸ ਇਲਾਕੇ ਵਿੱਚ ਆ ਰਿਹਾ ਵਾ ਅਤੇ ਤੁਹਾਨੂੰ ਘਰ ਘਰ ਲੋਕ ਚਾਹੁੰਦੇ ਆ, ਤੁਹਾਡੇ ਨੌਜਵਾਨ ਜਿਹਨਾਂ ਨੂੰ ਤੁਸੀਂ ਬਾਹਰਲੀ ਕੰਟਰੀ ਵਿੱਚ ਵੀ ਲੈ ਕੇ ਜਾਂਦੇ ਹੋ